ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਜੀਤ ਸਿੰਘ। ਲਾਈਵ 'ਤੇ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਅੱਜ ਆਪਾਂ ਖੜ੍ਹੇ ਹਾਂ ਰੈਕੋਡ ਦੇ ਬੱਸ ਸਟੈਂਡ ਦੇ ਨਜ਼ਦੀਕ, ਜਿੱਥੇ ਕਿ ਰੈਕੋਡ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਇੱਥੇ ਹਾਜ਼ਰ ਆ। ਸਾਡੇ ਨਾਲ SHO ਦਵਿੰਦਰ ਸਿੰਘ ਜੀ ਹਾਜ਼ਰ ਨੇ, ਇਹਨਾਂ ਦੇ ਸਾਰੇ ਵਹੀਕਲ ਇੱਥੇ ਹਾਜ਼ਰ ਨੇ ਅਤੇ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਗਾ। ਅਤੇ ਇਹ ਕਿਸ ਰਿਗਾਰਡਿੰਗ ਕੱਢਿਆ ਜਾ ਰਿਹਾ, ਦਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ। ਦਵਿੰਦਰ ਸਿੰਘ ਜੀ, ਦੱਸੋ ਜੀ, ਅੱਜ ਦਾ ਜੋ ਫਲੈਗ ਮਾਰਚ ਹੈ, ਇਹ ਕਿਸ ਰਿਗਾਰਡਿੰਗ ਆ? ਇਹ ਫਲੈਗ ਮਾਰਚ ਜੀ ਸੀਨੀਅਰ ਅਫਸਰਾਂ ਦੇ ਹੁਕਮਾਂ ਨਾਲ ਅਸੀਂ ਲਾਅ ਐਂਡ ਆਰਡਰ ਦੀ ਡਿਊਟੀ ਨੂੰ ਮੇਨਟੇਨ ਰੱਖਣ ਵਾਸਤੇ ਕਰ ਰਹੇ ਹਾਂ। ਅਤੇ ਜੋ ਮੇਲਾ ਛਪਾਰ ਚੱਲ ਰਿਹਾ ਵਾ, ਅਤੇ ਇਸ ਤੋਂ ਬਾਅਦ ਰੈਕੋਡ ਮੇਲਾ ਵੀ ਲੱਗਣਾ ਵਾ, ਉਹ ਵੀ ਚੱਲਣਾ ਵਾ। ਇਹ ਵੀ ਅਸੀਂ ਦੋ ਸਾਡੇ ਪਹਿਲੂ ਨੇ ਵੀ ਤਾਂ ਕਿ ਮੇਲਿਆਂ ਦੇ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਤੋਂ ਇਲਾਵਾ ਅਸੀਂ ਮਤਲਬ ਪਿੰਡ ਪਿੰਡ ਵੀ ਜਾਵਾਂਗੇ, ਜੋ ਥਾਣੇ ਦੇ ਏਰੀਏ ਦੇ ਪਿੰਡ ਪੈਂਦੇ ਨੇ, ਅਤੇ ਸਾਰਾ ਸ਼ਹਿਰ ਵੀ ਅਸੀਂ ਘੁੰਮਾਂਗੇ ਜੀ। ਅਤੇ ਲੋਕਾਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਵੀ ਜੇ ਕਿਤੇ ਵੀ ਤੁਹਾਨੂੰ ਕੋਈ ਮਤਲਬ ਕੋਈ ਸ਼ੱਕੀ ਹਾਲਤ ਦੀ ਕੋਈ ਚੀਜ਼ ਜਾਂ ਕੋਈ ਵਹੀਕਲ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਮਿਲਦਾ ਵਾ, ਉਹਦੇ ਬਾਰੇ ਸਾਨੂੰ ਜਾਣਕਾਰੀ ਦੇਣ, ਤਾਂ ਕਿ ਕੋਈ ਅਣਸੁਖਾਵੀਂ ਘਟਨਾ ਤੋਂ ਜਿਹੜਾ ਉਹ ਨਾ ਹੋ ਸਕੇ, ਉਸ ਤੋਂ ਨਿਪਟਾਰਾ ਕੀਤਾ ਜਾ ਸਕੇ। ਬਿਲਕੁਲ ਜੀ, ਤੁਸੀਂ ਜਿਵੇਂ ਕਿ ਕਹਿ ਰਹੇ ਹੋ ਵੀ ਪੂਰੀ ਪਾਬੰਦੀ ਰੱਖੀ ਜਾਊਗੀ, ਗੌਰ ਰੱਖੀ ਜਾਊਗੀ, ਨਿਗਾਹਸਾਨੀ ਰੱਖੀ ਜਾਊਗੀ, ਬਟ ਇਸ ਤੋਂ ਇਲਾਵਾ ਤੁਸੀਂ ਮਤਲਬ ਸੁਰੱਖਿਆ ਨੂੰ ਲੈ ਕੇ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸੀਂ ਆਮ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਪੁਲਿਸ ਆ ਜਿਹੜੀ ਪਬਲਿਕ ਦੀ ਸਹਾਇਤਾ ਵਾਸਤੇ ਆ, ਇਹਨਾਂ ਦੀ ਮਦਦ ਵਾਸਤੇ ਬਣੀ ਆ। ਕਿਤੇ ਵੀ ਕੋਈ ਸ਼ੱਕੀ ਪੁਰਸ਼ ਜਾਂ ਕੋਈ ਸ਼ੱਕੀ ਕੋਈ ਹਾਲਤ ਕੋਈ ਚੀਜ਼ 'ਚ ਮਿਲਦੀ ਆ, ਕੋਈ ਬੈਗ ਜਾਂ ਕੋਈ ਹੋਰ ਮਤਲਬ ਬੱਸ ਸਟੈਂਡ ਵਿੱਚ ਜਾਂ ਪਬਲਿਕ ਜਗ੍ਹਾ ਜਿੱਥੇ ਬਣੀਆਂ ਨੇ, ਕੋਈ ਸਬਜ਼ੀ ਮੰਡੀ ਵਗੈਰਾ ਜਾਂ ਦਾਣਾ ਮੰਡੀ ਜਾਂ ਕਿਤੇ ਵੀ ਕੋਈ ਚੀਜ਼ ਮਿਲਦੀ ਹੈ, ਤਾਂ ਉਹਦੀ ਇਤਲਾਹ ਸਾਨੂੰ ਦੇਣ, ਤਾਂ ਕਿ ਕੋਈ ਮਤਲਬ ਇਹੋ ਜਿਹੀ ਗੱਲਬਾਤ ਨਾ ਵਾਪਰ ਸਕੇ ਜਿਹਦੇ ਨਾਲ ਕੋਈ ਮਤਲਬ ਕੋਈ ਕੋਈ ਜਾਨੀ ਨੁਕਸਾਨ ਕਿਸੇ ਜਾਂ ਮਾਲੀ ਨੁਕਸਾਨ ਹੋ ਸਕੇ। ਬਿਲਕੁਲ ਜੀ, ਇਹ ਮਤਲਬ ਲੋਕ ਜੇ ਕੰਟੈਕਟ ਕਰਨਾ ਚਾਹੁਣ ਤਾਂ 112 'ਤੇ ਕਰਨ ਜਾਂ ਕੋਈ ਰੈਕੋਡ ਦਾ ਕੋਈ ਲੋਕਲ ਕੋਈ ਨੰਬਰ ਦਿੱਤਾ? ਨੰਬਰ ਜਿਹੜੇ ਆ ਲੋਕਲ ਪਹਿਲਾਂ ਆਲਰੇਡੀ ਦਿੱਤੇ ਹੋਏ ਸਾਰਿਆਂ ਕੋਲ ਹੈਗੇ। ਮੇਰਾ ਨੰਬਰ ਹੈਗਾ SHO ਸਾਹਿਬ ਦਾ ਹੈਗਾ, ਡਿਪਟੀ ਦਾ ਹੈਗਾ, ਡਿਪਟੀ ਸਾਹਿਬ ਦਾ ਹੈਗਾ ਨੰਬਰ, ਅਤੇ 112 ਵੀ ਕਾਲ ਚੱਲਦੀ ਆ। ਬਾਕੀ ਸਾਡਾ PCR ਵੀ ਘੁੰਮਦਾ ਰਹਿੰਦਾ, ਅਤੇ ਸ਼ਹਿਰ ਵਿੱਚ ਤਾਂ PCR ਇੱਕ ਗੱਡੀ ਵੀ ਲੱਗੀ ਹੈ ਸਾਡੀ, ਕਿਸੇ ਵੀ ਤਰ੍ਹਾਂ ਦੀ ਸਾਨੂੰ ਆਪ ਮਿਲ ਕੇ ਅਤੇ ਟੈਲੀਫੋਨ ਰਾਹੀਂ ਵੀ ਸਾਨੂੰ ਕੋਈ ਇਤਲਾਹ ਦੇ ਸਕਦੇ। ਰੈਕੋਡ ਸਿਟੀ ਦਾ ਨੰਬਰ ਦੱਸ ਦਿਓ ਜੀ, ਪਤਾ ਲੱਗਦੇ ਉਹਨਾਂ ਨੂੰ ਕੀ ਨੰਬਰ ਹੈ। 8899-0464 ਮੇਰਾ ਨੰਬਰ ਆ, ਮੈਨੂੰ ਹਰ ਵਕਤ ਜਦੋਂ ਵੀ ਟਾਈਮ ਹੋਵੇ ਤਾਂ ਮੈਨੂੰ ਕੰਟੈਕਟ ਕਰ ਸਕਦੇ। 8899-0466 ਨੰਬਰ ਆ ਸਰ ਦਾ, ਦਵਿੰਦਰ ਸਿੰਘ, SHO ਸਿਟੀ ਥਾਣਾ ਰੈਕੋਡ ਤੋਂ, ਅਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਜੋ ਵੀ ਕੋਈ ਪ੍ਰੋਬਲਮ ਆ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ, ਅਤੇ ਇਸ ਮੇਲੇ ਛਪਾਰ ਮੇਲੇ ਨੂੰ ਲੈ ਕੇ ਵੀ, ਅਤੇ ਹਾਂਜੀ ਵੈਸੇ ਵੀ ਰੈਕੋਡ ਮੇਲੇ ਦੇ ਵਿੱਚ ਵੀ, ਅਤੇ ਵੈਸੇ ਵੀ ਜੇ ਕੋਈ ਪ੍ਰੋਬਲਮ ਆ ਜਾਂ ਕੋਈ ਹੈ ਨਾ ਕਿਸੇ ਤਰ੍ਹਾਂ ਦੀ ਕੋਈ ਹੈਲਪ ਚਾਹੁੰਦੇ ਹੋ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਰ ਜੀ। ਸਰ ਕੋਈ ਗੱਲ ਨਹੀਂ, ਸਰ ਕੋਈ ਗੱਲ ਨਹੀਂ। ਆਪਣੇ ਨਾਲ ਸਰ SHO ASI ਗੁਲਾਬ ਸਿੰਘ ਜੀ ਖੜ੍ਹੇ ਨੇ, ਅਤੇ ਇਹ ਜਲਾਲਦੀਆਲ ਚੌਂਕੀ ਤੋਂ ਨੇ ਇੰਚਾਰਜ। ਸਰ ਜਿਵੇਂ ਕਿ ਇਹਨਾਂ ਨੇ ਸਿਟੀ ਬਾਰੇ ਦੱਸਿਆ ਵੀ ਇੱਥੇ ਫਲੈਗ ਮਾਰਚ ਕੱਢਿਆ ਗਿਆ ਛਪਾਰ ਮੇਲੇ ਨੂੰ ਮੱਦੇਨਜ਼ਰ ਰੱਖਦੇ ਹੋਏ, ਅਤੇ ਰੈਕੋਡ ਮੇਲੇ ਨੂੰ, ਅਤੇ ਜਿਹੜਾ ਪਿੰਡਾਂ ਦੀ ਸੁਰੱਖਿਆ ਬਾਰੇ ਕੁਝ ਦੱਸੋ ਜੀ, ਉਹਦੇ ਬਾਰੇ ਮਤਲਬ। ਪਿੰਡਾਂ 'ਚ ਵੀ ਫਲੈਗ ਮਾਰਚ ਕੱਢਿਆ ਜਾ ਰਿਹਾ ਜੀ, ਪਿੰਡ ਜਲਾਲਦੀਆਲ, ਧੂਰਕੋਟ, ਕਾਲਸਾਂ, ਬਿੰਜਲ, ਤਲਵੰਡੀ ਰੈ, ਬਰਮੀ, ਇੱਧਰ ਜੌਲਾਂ ਵਗੈਰਾ ਸਾਰੇ ਏਰੀਏ 'ਚ ਹੀ ਕੱਢਿਆ ਜਾ ਰਿਹਾ ਹੈ। ਉੱਥੇ ਵੀ ਜਿਹੜੇ ਕੋਈ ਮਾੜੇ ਅਨਸਰ ਕੋਈ ਸ਼ੱਕੀ ਵਹੀਕਲ ਮਿਲਦੇ ਉਹਨੂੰ ਚੈੱਕ ਕੀਤਾ ਜਾਊਗਾ, ਜੇਕਰ ਦੌਰਾਨੇ ਚੈੱਕ ਕੋਈ ਪਾਇਆ ਗਿਆ ਤਾਂ ਉਹਦੇ ਖਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊਗੀ। ਇਹ ਅਮਨ ਕਾਨੂੰਨ ਨੂੰ ਮੱਦੇਨਜ਼ਰ ਰੱਖਦੇ ਮੇਲਾ ਛਪਾਰ ਨੂੰ ਲੈ ਕੇ, ਮੇਲਾ ਰੈਕੋਡ ਨੂੰ ਲੈ ਕੇ ਕੱਢਿਆ ਜਾ ਰਿਹਾ, ਹੋਰ ਜੋ ਵੀ ਸ਼ੱਕੀ ਆਨਸਰ ਮਿਲਦੇ ਨੇ ਉਹਨਾਂ ਦੇ ਸਖ਼ਤ ਕਾਰਵਾਈ ਕੀਤੀ ਜਾਊਗੀ। ਬਿਲਕੁਲ, ਜਿਵੇਂ ਕਿ ਇਹਨਾਂ ਨੇ ਦੱਸਿਆ ਸਰ, ਜਿਵੇਂ ਕਿ ਦਵਿੰਦਰ ਸਿੰਘ SHO ਸਾਹਿਬ ਨੇ ਰੈਕੋਡ ਏਰੀਏ ਮਤਲਬ ਰੈਕੋਡ ਸਿਟੀ ਦੇ ਜੋ ਵੀ ਲੋਕਾਂ ਨੂੰ ਕੋਈ ਪ੍ਰੋਬਲਮ ਆ ਉਹਨਾਂ ਨੇ ਆਪਣਾ ਇੱਕ ਨੰਬਰ ਜਨਤਕ ਕੀਤਾ ਗਾ, ਕੋਈ ਜਲਾਲਦੀਆਲ ਚੌਂਕੀ ਦਾ ਵੀ ਕੋਈ ਨੰਬਰ ਤੁਸੀਂ ਦੱਸਣਾ ਚਾਹੋਗੇ?
ਵੀ ਜਿਸ ਦੇ ਨਾਲ ਲੋਕ ਤੁਹਾਡੇ ਨਾਲ ਕੰਟੈਕਟ ਕਰ ਸਕਣ ਜਾਂ ਤੁਹਾਨੂੰ ਇਨਫੋਰਮ ਕਰ ਸਕਣ ਜੇ ਕੋਈ ਇਸ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਹੁੰਦੀ ਆ ਜਾਂ ਕੋਈ ਗੱਲਬਾਤ ਹੋਣ ਦੇ ਆਸਾਰ ਨੇ? ਹਾਂਜੀ ਹਾਂਜੀ, 9851-00964 ਆਪਣਾ ਨੰਬਰ ਆ, ਜਦੋਂ ਮਰਜ਼ੀ ਉਹਦੇ 'ਚ ਸੰਪਰਕ ਕਰ ਸਕਦਾ, ਜਿਸ ਨੂੰ ਵੀ ਕੋਈ ਇਸ ਤਰ੍ਹਾਂ ਦੀ ਹੈਲਪ ਦੀ ਲੋੜ ਆ ਦੱਸਿਆ ਜਾ ਸਕਦਾ। ਬਿਲਕੁਲ 9851-00964 ਨੰਬਰ ਆ ਜੀ ਜਲਾਲ ਦੀ ਆਲ ਚੌਂਕੀ ਦਾ। ਅਤੇ ਤੁਸੀਂ ਜੋ ਵੀ ਕੋਈ ਪ੍ਰੋਬਲਮ ਆ ਤੁਸੀਂ ਮਤਲਬ ਫਿਲਹਾਲ ਦੀ ਘੜੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜਲਾਲ ਦੀ ਆਲ ਚੌਂਕੀ ਦੇ ਅੰਡਰ ਜਿਹੜੇ ਪਿੰਡ ਆਉਂਦੇ ਆ, ਜਾਂ ਵੈਸੇ ਵੀ ਕਦੇ ਵੀ ਲੋੜ ਆ ਪੁਲਿਸ ਪ੍ਰਸ਼ਾਸਨ ਦੀ, ਅਤੇ ਤੁਹਾਡੇ ਲਈ ਹਾਜ਼ਰ ਰਹਿਣਗੇ ਰੈਕੋਰਡ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ। ਅਤੇ ਰੈਕੋਰਡ ਮੇਲੇ ਦੀ ਅਤੇ ਛਪਾਰ ਦੇ ਮੇਲੇ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਰੈਕੋਰਡ ਤੋਂ ਗੁਰਜੀਤ ਸਿੰਘ ਦੀ ਰਿਪੋਰਟ, ਲਾਈਵ 'ਤੇ ਚੈਨਲ।